ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਅੱਜ ਜ਼ਿਲ੍ਹਾ ਅੰਮ੍ਰਿਤਸਰ ਹੈ ਨਾ, ਗੁਰੂ ਰਾਮਦਾਸ ਪਾਤਸ਼ਾਹ ਜੀ ਨਗਰੀ ਖੜ੍ਹੇ ਆ। ਇੱਥੇ ਹਰਪ੍ਰੀਤ ਕੌਰ ਜੀ ਹੈਗੇ, ਜਿਨ੍ਹਾਂ ਦੇ ਬੱਚੀ ਰਵਨੀਤ ਕੌਰ ਹੈ, ਜਿਸਦੀ ਇੱਕ ਕਿਡਨੀ ਵੀ ਰਿਮੂਵ ਕਰ ਦਿੱਤੀ ਗਈ ਹੈ ਡਿਊ ਟੂ ਦ ਟ੍ਰੀਟਮੈਂਟ ਆਫ ਕੈਂਸਰ ਹੈ ਨਾ। ਜੈਤ ਸਿੰਘ ਟਰੱਸਟ ਨੂੰ ਬੇਨਤੀ ਕੀਤੀ ਗਈ ਸੀ ਔਰ ਵੱਧ ਚੜ੍ਹ ਕੇ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਮੋਢਾ ਲਾਇਆ। ਅਤੇ ਜੋ ਜਨਰਸ ਔਰ ਕੰਪੈਸ਼ਨੇਟ ਸੋਲਸ ਹੈ ਜੋ ਸਪੋਰਟ ਕਰਦੀਆਂ ਨੇ ਜੈਤ ਸਿੰਘ ਟਰੱਸਟ ਨੂੰ ਆਪਣੇ ਹਾਰਡ ਅਰਨ ਮਨੀ 'ਚੋਂ ਕੱਢੇ ਹੋਏ ਜੋ ਜਨਰਸ ਕੰਟਰੀਬਿਊਸ਼ਨਸ ਹੈ, ਉਹਨਾਂ ਦੇ ਵਿੱਚੋਂ 75,000 ਰੁਪੀਜ਼ ਦਾ ਇੱਕ ਚੈੱਕ ਇਹਨਾਂ ਨੂੰ ਐਕਸਟੈਂਡ ਕਰਕੇ ਜਾ ਰਹੇ ਹਾਂ ਫੋਰ ਦਾ ਟ੍ਰੀਟਮੈਂਟ ਆਫ ਰਵਨੀਤ ਕੌਰ। ਇਹਦੀ ਕੀਮੋਥੈਰੇਪੀ ਸੈਸ਼ਨਸ ਚੱਲਦੇ ਨੇ ਔਰ ਕਈ ਮਹਿੰਗੇ ਇੰਜੈਕਸ਼ਨ ਕੰਟੀਨਿਊਸਲੀ ਚੱਲ ਰਹੇ ਨੇ, ਇਹਦਾ ਕਾਫੀ ਲੰਬੇ ਟਾਈਮ ਤੋਂ ਇਲਾਜ ਚੱਲ ਰਿਹਾ। ਭੈਣ ਜੀ, ਬੱਚੇ ਦੀ ਉਮਰ ਕਿੰਨੀ ਹੋ ਗਈ ਹੈ? ਸਰ 5 ਸਾਲ। 5 ਸਾਲ ਕਿੰਨੀ, ਕਿਹੜੇ ਉਮਰ ਤੋਂ ਇਹਦਾ ਇਲਾਜ ਚੱਲ ਰਿਹਾ? ਦੋ ਸਾਲ ਦੀ ਤੋਂ। 2 ਸਾਲ ਦੀ ਤੋਂ ਉਮਰ। ਇਹ ਉਹ ਉਮਰ ਹੈ ਜਿਸ 'ਚ ਬੱਚੇ ਲਗਾਤਾਰ ਖੇਡ ਰਹੇ ਹੁੰਦੇ ਹੈ, ਆਪਣਾ ਚਾਈਲਡਹੁੱਡ ਇੰਜੋਏ ਕਰ ਰਹੇ ਹੁੰਦੇ, ਬਟ ਇਹ ਬੱਚਾ ਲਗਾਤਾਰ ਹੈ ਨਾ ਬੜੇ ਹੀ ਦਰਦਨਾਕ ਹਾਲਾਤਾਂ ਦੇ ਵਿੱਚ ਨਿਕਲ ਰਿਹਾ, ਕਿਉਂਕਿ ਕੀਮੋਥੈਰੇਪੀ ਸੈਸ਼ਨਸ ਦੇ ਵਿੱਚ ਬਹੁਤ ਹੀ ਅਲੱਗ ਅਲੱਗ ਤਰੀਕੇ ਦੇ ਕੈਮੀਕਲ ਔਰ ਫਲੂਇਡਸ ਇੰਜੈਕਟ ਕੀਤੇ ਜਾਂਦੇ ਨੇ ਹੈ ਨਾ ਸਰਿੰਜਸ ਦੇ ਥਰੂ। ਉਹ ਬੜੇ ਹਾਰਟ ਰੈਂਡਿੰਗ ਸੀਨਸ ਹੁੰਦੇ, ਉਹ ਦੇਖ ਨਹੀਂ ਹੁੰਦੇ। ਅਸੀਂ ਇਸ ਚੀਜ਼ ਨੂੰ ਬਹੁਤ ਕਲੋਜ਼ਲੀ ਬਹੁਤ ਦਰਜਨੋਂ ਵਾਰ ਵਿਟਨੈਸ ਕੀਤਾ ਹੋਇਆ। ਸੋ ਬਹੁਤ ਬਹੁਤ ਧੰਨਵਾਦ ਹੈ ਜੋ ਤੁਸੀਂ ਸਾਰੇ ਆਪਣੇ ਆਪਣੇ ਐਂਡ ਤੋਂ ਲਗਾਤਾਰ ਇਸ ਤਰ੍ਹਾਂ ਦੇ ਟ੍ਰੀਟਮੈਂਟਸ ਦੇ ਵਿੱਚ ਸੇਵਾ ਸਹਿਯੋਗ ਕਰਦੇ ਹੋ ਨਾ। ਬਹੁਤ ਬਹੁਤ ਧੰਨਵਾਦ ਹੈ ਜੈਤ ਸਿੰਘ ਟਰੱਸਟ ਦਾ, ਜਦ ਵੀ ਉਹਨਾਂ ਨੂੰ ਬੇਨਤੀ ਕਰਦੇ ਹਮੇਸ਼ਾ ਹੀ ਅੱਗੇ ਵੱਧ ਚੜ੍ਹ ਕੇ ਮੋਢਾ ਲਾਉਂਦੇ ਹਾਂ। ਬਹੁਤ ਬਹੁਤ ਧੰਨਵਾਦ ਹੈ ਜੀ। ਹਰਪ੍ਰੀਤ ਕੌਰ ਭੈਣ ਜੀ, ਇਹ ਚੈੱਕ ਹੈ ਨਾ, ਇਹ ਆਪਣੇ ਖਾਤੇ 'ਚ ਆ ਰਹੇ ਹੋ 75,000 ਰੁਪਏ ਦਾ ਔਰ ਤੁਹਾਡੇ ਖਾਤੇ 'ਚ 2-3 ਦਿਨ 'ਚ ਪੈਸੇ ਆ ਜਾਣਗੇ ਨਾ। ਭਾਈ ਸਾਹਿਬ ਜੀ, ਤੁਸੀਂ ਤੁਹਾਡੀ ਸੁਪਰਵੀਜ਼ਨ ਦੇ ਅੰਦਰ ਇਹ ਸਾਰਾ ਹੀ ਟ੍ਰੀਟਮੈਂਟ ਚੱਲ ਰਿਹਾ ਹੈ ਨਾ। ਸੋ ਇਹ ਇੱਕ ਇੱਥੇ ਸੋਸ਼ਲ ਵਰਕ ਕਹਿ ਲਓ ਹੈ ਨਾ, ਇੱਕ ਕੰਪੈਸ਼ਨੇਟ ਸੋਲ ਨੇ ਜੋ ਇੱਥੇ ਇਸ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ ਇਸ ਬੱਚੇ ਨੂੰ ਲਗਾਤਾਰ ਮੋਢਾ ਲਾ ਰਹੇ ਨੇ ਮੈਡੀਕਲ ਟ੍ਰੀਟਮੈਂਟ ਦੇ ਵਿੱਚ। ਇਹ ਹੁਣ ਵੀ ਇਹਨਾਂ ਦੀ ਸੁਪਰਵੀਜ਼ਨ ਦੇ ਅੰਡਰ ਇਹ ਸਾਰਾ ਚੱਲਦਾ ਰਹੇਗਾ। ਇੰਨੇ ਸਾਲ ਹੋ ਗਏ ਟ੍ਰੀਟਮੈਂਟ ਤੋਂ ਲੈ ਕੇ ਹੁਣ ਤੱਕ, ਟੁੱਟੇ ਨਹੀਂ? ਨਹੀਂ ਸਰ। ਥੱਕੇ ਨਹੀਂ? ਕਿੰਨੇ ਬੱਚੇ ਤੁਹਾਡੇ? ਸਰ ਮੇਰੇ 4 ਬੱਚੇ। 4 ਬੱਚੇ? ਹਾਂਜੀ। ਇਹ ਬੜਾ, ਇਹ ਬੱਚੀ ਬੜੀ ਹੈ ਕਿ ਛੋਟੀ? ਇਹ ਸਭ ਤੋਂ ਛੋਟੀ, ਵੱਡੀ ਬੱਚੀ ਉਹ ਬੈਠੀ ਸਾਹਮਣੇ। ਘਰ ਵਾਲੇ ਕੀ ਕਰਦੇ ਤੁਹਾਡੇ? ਉਹ ਪਹਿਲਾਂ ਤੇ ਸਾਡਾ ਆਟੋ ਆਪਣਾ ਸੀ, ਉਸ ਤੋਂ ਬਾਅਦ ਇਲਾਜ ਜਿਹੜਾ ਸੀ ਕਿ ਉਹਨੇ 35,000 ਰੁਪਏ ਦਾ ਸਾਨੂੰ ਕਹਿ ਕੇ, ਗੁਰੂ ਰਾਮਦਾਸ ਵਾਲਿਆਂ ਨੇ 2,80,000 ਰੁਪਏ ਥੱਲੇ ਸੀ ਆ ਗਏ ਸੀ, ਫਿਰ ਸਾਨੂੰ ਆਪਣਾ ਆਟੋ ਵੀ ਕਰਜ਼ਾ ਚੜਿਆ ਹੋਇਆ ਤੁਹਾਡੇ ਉੱਪਰ? ਹਾਂਜੀ, ਦੋ ਲੱਖ 80,000 ਰੁਪਏ ਕਰਜ਼ਾ ਚੜਿਆ ਹੋਇਆ। ਹਾਂਜੀ ਹੈਗਾ ਸੀ, ਕਿਉਂਕਿ ਫਿਰ ਦੀਦੀ ਦਾ ਨਾ, ਉਹਨਾਂ ਦੇ ਹਸਬੈਂਡ ਵੀ ਨਹੀਂ ਹੈਗੇ, ਉਹਨਾਂ ਨੇ ਆਪਣਾ ਗਹਿਣਾ ਵੀ ਗਹਿਣੇ ਪਾ ਕੇ ਤੇ ਗੁੜੀਆ ਦਾ ਇਲਾਜ ਵਾਸਤੇ ਸਾਨੂੰ ਪੈਸੇ ਵੀ ਦਿੱਤੇ ਸੀ। ਤੁਹਾਡੀ ਭੈਣ ਨੇ, ਇਹਨਾਂ ਦੀ ਬੇਟੀ ਨੇ, ਮੇਰੀ ਭੈਣ ਨੇ, ਹਾਂਜੀ ਤੁਹਾਡੀ ਨਨਾਣ ਨੇ, ਹਾਂਜੀ ਆਪਣੇ ਗਹਿਣੇ ਰੱਖ ਕੇ, ਹਾਂਜੀ ਫਿਰ ਇਹਨੂੰ ਉਹਨਾਂ ਨੇ ਇਹਦੇ ਟ੍ਰੀਟਮੈਂਟ ਦਾਤ ਦਿੱਤੀ ਸੀ। ਹਾਂਜੀ ਉਹਨਾਂ ਨੇ ਵੀ। ਔਰ ਜਿੱਥੇ ਅਸੀਂ ਰਿਸ਼ਤੇ ਬੜੇ ਪਾਣੀ ਹੋਏ ਦੇਖਦੇ ਹਾਂ ਨਾ, ਉੱਥੇ ਇੱਕ ਬੜੀ ਪੋਜ਼ਿਟਿਵ ਗੱਲ ਹੈ ਕਿ ਇਹਨਾਂ ਦੀ ਨਨਾਦ ਨੇ ਆਪਣੇ ਗਹਿਣੇ ਵੇਚ ਕੇ ਇਹਦਾ ਟ੍ਰੀਟਮੈਂਟ ਦਿੱਤਾ ਸੀ। ਹਾਂਜੀ, ਬੜੀ ਇੱਦਾਂ ਦੀ ਪੋਜ਼ਿਟਿਵ ਸਟੋਰੀਜ਼ ਵੀ ਹੈਗੀ ਨਾ ਸਮਾਜ ਦੇ ਵਿੱਚ ਬੜੀ ਜਣਾ ਕਿ ਨਹੀਂ ਭਾਈ ਸਾਹਿਬ ਹੈ ਨਾ। ਨਹੀਂ, ਅਸੀਂ ਅਸੀਂ ਰਿਸ਼ਤੇ ਬਹੁਤ ਬੁਰੀ ਤਰ੍ਹਾਂ ਬਿਖਰਦੇ ਹੋਏ ਦੇਖਦੇ ਹਾਂ ਜੀ। ਆਪਣਾ ਗਹਿਣੇ ਗਹਿਣਾ ਦੇ ਕੇ ਉਧਰ ਫਿਰ ਸਾਨੂੰ ਇਹਦੀ ਹੈਲਪ ਕੀਤੀ ਸੀ। ਸਾਡੇ ਕੋਲ ਆਪਣੇ ਕੋਲ ਵੀ ਇੰਨਾ ਹੈ ਨਹੀਂ ਸੀ, ਫਿਰ ਸਾਨੂੰ ਆਪਣਾ ਆਟੋ ਵੇਚਣਾ ਪਿਆ। ਇਲਾਜ ਦੇ ਲਈ ਤੁਸੀਂ ਆਟੋ ਵੀ ਵੇਚਤਾ? ਹਾਂਜੀ। ਹੁਣ ਤੇ ਹੁਣ ਈ ਰਿਕਸ਼ਾ ਜਿਹੜਾ ਜਿਹਨੂੰ ਕਿ ਆਪਾਂ ਬੈਟਰੀ ਕਹਿੰਦੇ, ਉਹ ਕਿਰਾਏ ਤੇ ਡੇ ਰਹੇ ਪਾਪਾ, ਕਿਰਾਏ ਤੇ ਲੈ ਕੇ ਚਲਾਉਂਦੇ। ਰੋਜ਼ ਦਾ ਕਿੰਨਾ ਕਮਾ ਲੈਂਦੇ? ਹਾਂਜੀ, ਹੋ ਜਾਂਦਾ ਸਰ 400 ਰੁਪਇਆ ਲੈ ਆਉਂਦੇ ਨੇ ਰੋਜ਼ ਦਾ ਕਿਰਾਇਆ ਆਟੋ ਦਾ, ਦੇ ਕੇ 400 ਰੁਪਏ ਲਗਭਗ ਬਚ ਜਾਂਦਾ। ਹਾਂਜੀ, ਬਚ ਜਾਂਦਾ ਸਰ, ਰੋਟੀ ਪਾਣੀ ਉਹਦੇ ਨਾਲ ਪਰਿਵਾਰ ਚੱਲੀ ਜਾਂਦਾ। ਚੱਲੀ ਜਾਂਦਾ। ਹਾਂਜੀ, ਸ਼ੁਕਰ ਹੈ, ਸ਼ੁਕਰ ਹੈ।
ਭਾਜੀ ਕਿਵੇਂ ਕਹਿੰਦੇ ਡਾਕਟਰ ਸਰ ਕਿਆ ਸਿਚੁਏਸ਼ਨ ਹੈ ਮੈਡੀਕਲ? ਡਾਕਟਰ ਨੇ ਕਿਹਾ ਕਿ ਮਤਲਬ 2 ਸਾਲ ਦਾ ਟ੍ਰੀਟਮੈਂਟ ਸਾਨੂੰ ਦੱਸਿਆ ਸੀ ਲਗਾਤਾਰ, ਹਾਂਜੀ, ਮੇਰਾ ਪਰਿਵਾਰ ਨਹੀਂ ਸੀ ਖਰਾਬ ਆ ਰਿਹਾ ਤੇ ਹੁਣ 1 ਸਾਲ ਦਾ ਟ੍ਰੀਟਮੈਂਟ ਹੋ ਗਿਆ, 1 ਸਾਲ ਦਾ ਬਾਕੀ ਹੈ, 1 ਸਾਲ ਤੇ ਅੱਗੇ ਨਾਲੋਂ ਫਰਕ ਵੀ ਬੜਾ ਇਹਦੀ ਅੱਖ ਦੇ ਉੱਪਰ। ਤੁਸੀਂ ਮੈਨੂੰ ਦੱਸ ਰਹੇ ਸੀ ਦੀ ਪੂਰੀ ਅੱਖ ਬਾਹਰ ਆ ਜਾਂਦੀ ਸਰ, ਸਾਰੀ ਅੱਖ ਇਹਦੀ ਇੱਥੇ ਬਾਹਰ ਟਿਊਮਰ ਬਣ ਗਿਆ ਵੱਡਾ, ਜਦੋਂ ਸਾਰੀ ਅੱਖ ਆ ਜਿਹੜਾ ਵਾਈਟ ਸਾਈਡ ਹੈ ਨਾ ਸਾਰੀ ਬਾਹਰ ਆ ਗਈ ਸੀ। ਉਹ ਫਿਰ ਦੇਖਣ ਦੇ ਵਿੱਚ ਬੜਾ ਭਿਆਨਕ ਲੱਗਦਾ ਹੋਇਆ। ਹਾਂਜੀ, ਕਾਫੀ ਜ਼ਿਆਦਾ ਇੰਨੇ ਮੂੰਹ ਤੇ ਦਿਸਦੇ ਨਹੀਂ, ਪਾਣੀ ਆ ਗਿਆ ਸੀ ਜਦੋਂ ਪਹਿਲੀ ਵਾਰ ਵੇਖਿਆ ਇਹ ਬੱਚੀ ਨੂੰ, ਤੇ ਬੰਦ ਹੀ ਆ ਜਾਂਦੀ, ਦਿਲੋਂ ਆਵਾਜ਼ ਆਈ ਵੀ ਨਹੀਂ ਕਦੀ ਕਿਸੇ ਨਾਲ ਇਦਾਂ ਤੁਰਿਆ ਹੀ ਨਹੀਂ ਮੈਂ ਭਾਜੀ, ਛੇਤੀ ਕਿਤੇ। ਅੱਛਾ, ਪਹਿਲੀ ਵਾਰ ਤੁਸੀਂ ਐਕਸਪੀਰੀਅੰਸ ਕਰ ਰਹੇ ਹੋ? ਹਾਂਜੀ। ਵਾਹਿਗੁਰੂ ਬੜੇ ਖੁਸ਼ਕਿਸਮਤ ਹੈ ਜੇ ਘਰ ਦੇ ਵਿੱਚ ਦੇਹ ਅਰੋਗਤਾ ਹੈਗੀ ਆ, ਜੇ ਘਰ ਦੇ ਵਿੱਚ ਬਿਮਾਰੀ ਨਹੀਂ ਹੈ ਨਾ, ਬਾਕੀ ਸਭ ਕੁਝ ਸੈਕੰਡਰੀ ਹੈ। ਮਹਿੰਗੇ ਕੱਪੜੇ, ਵੱਡੀ ਗੱਡੀਆਂ, ਮਹਿੰਗੀ ਕੋਠੀਆਂ, ਮਹਿੰਗੇ ਆਈਫੋਨ, ਇਹ ਸਭ ਕੁਝ ਸੈਕੰਡਰੀ ਹੈ, ਇਹਨਾਂ ਦੀ ਕੋਈ ਵੈਲਿਊ ਨਹੀਂ ਹੈ। ਸਭ ਤੋਂ ਉੱਪਰ ਦੇਹ ਅਰੋਗਤਾ, ਹੈਲਥ ਸਭ ਤੋਂ ਉੱਪਰ ਹੈ। ਜੇ ਉਹ ਹੈ ਨਾ ਘਰ ਦੇ ਵਿੱਚ, ਬਾਕੀ ਸਭ ਚੀਜ਼ਾਂ ਬਾਅਦ 'ਚ ਆ ਜਾਂਦੀਆਂ। ਜ਼ਰੂਰ ਪੈਸੇ ਪਿੱਛੇ ਨਾ ਦੌੜਾ ਕਰੀਏ, ਆਪਾਂ ਆਪਣੀ ਹੈਲਥ ਨੂੰ ਟੋਪ ਪ੍ਰਿਓਰਿਟੀ ਦੇਈਏ ਨਾ, ਔਰ ਸ਼ੁਕਰਾਨਾ ਕਰੀਏ ਅਕਾਲ ਪੁਰਖ ਦਾ ਕਿ ਦੇਹ ਘਰ ਪਰਿਵਾਰ ਦੇ ਵਿੱਚ ਦੇਹ ਅਰੋਗਤਾ ਹੈ ਨਾ, ਉਸ ਤੋਂ ਵੱਡੀ ਦੌਲਤ, ਉਸ ਤੋਂ ਵੱਡਾ ਸੁੱਖ ਕੋਈ ਨਹੀਂ ਹੈਗਾ। ਜਿਨ੍ਹਾਂ ਦੇ ਘਰ ਬਿਮਾਰੀਆਂ ਬੜੀਆਂ ਹੋਈਆਂ, ਕਿਸੇ ਤਰੀਕੇ ਦੀ ਇੰਜਰੀ ਹੋ ਰੱਖੀ ਹੈ, ਉਹਨਾਂ ਦੇ ਘਰਾਂ 'ਚ ਜਾ ਕੇ ਪੁੱਛੋ ਪਰਿਵਾਰ ਉਸ ਪ੍ਰੈਸ਼ਰ ਦੇ ਵਿੱਚ ਕਿਵੇਂ ਖਿਲਰ ਜਾਂਦਾ ਨਾ। ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਕੀ ਡਾਊਟ ਹੋਵੇ ਨਾ, ਕਦੇ ਮਾਯੂਸ ਹੋ, ਕਦੇ ਡਿਪਰੈਸ਼ਨ 'ਚ ਹੋ, ਜਾ ਕੇ PJ ਐਮਰਜੈਂਸੀ 'ਚ ਗੇੜਾ ਕੱਢ ਲਿਆ ਕਰੋ। ਕੁਛ 1-2 ਘੰਟਾ ਬਿਤਾ ਕੇ ਆ ਜਾ ਕਰੋ, ਆਪਣੇ ਸਰੀਰ ਦੇ, ਆਪਣੇ ਰਿਸ਼ਤਿਆਂ ਦੀ, ਮਾਂ ਬਾਪ ਦੀ, ਭੈਣ ਭਰਾਵਾਂ ਦੀ, ਚਾਚੇ ਤਾਇਆਂ ਦੀ, ਰਿਸ਼ਤਿਆਂ ਦੀ ਅਹਿਮੀਅਤ ਚੱਲ ਜਾਏਗੀ ਪਤਾ। ਜ਼ਿੰਦਗੀ ਬਹੁਤ ਛੋਟੀ ਹੈ, ਬਹੁਤ ਤੇਜ਼ੀ ਨਾਲ ਬੀਤ ਰਹੀ ਹੈ, ਆਪਾਂ ਇਨਸਾਨੀ ਕੀਮਤ, ਰਿਸ਼ਤਿਆਂ ਦੀ ਕੀਮਤ ਜ਼ਰੂਰ ਜਾਣੀ ਹੈ ਨਾ। ਫਤਿਹ ਦੀ ਸਾਂਝ ਨਾਲ ਵੀਡੀਓ ਕਲੋਜ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।